ਨਮਸਕਾਰ ਜੀ ਸਾਰਿਆਂ ਨੂੰ ਸਵੇਰ ਨਾਲ ਉਠੀਂਦੇ ਨਾਲ ਮਨ ਨੂੰ ਲੱਗਿਆ ਰੋਟੀ ਖਾਉਣਾ ਮਤਲਬ ਪ੍ਰੋਟੀਨ ਹੀ ਸਵੇਰ ਦਾ ਨਾਸ਼ਤਾ ਕਰਨ ਵਾਸਤੇ ਬਹੁਤ ਜ਼ਿਆਦਾ ਲੇਟ ਉਠਿੰਦਾ ਸਕੂਲ ਦਾ ਟਾਈਮ ਸ਼ੁਰੂ ਹੋਣ ਵਾਲਾ ਤੇ ਇਹ ਬਹੁਤ ਜ਼ਿਆਦਾ ਲੇਟ ਉਠਿੰਦਾ ਵੈਸੇ ਤਾਂ ਮੈਂ ਵੀ ਬਹੁਤ ਲੇਟ ਉਠੇਨੀ ਆ ਮੈਨੂੰ ਵੀ ਤਾਂ ਉਠਿਉਣਾ ਪੋਜੀ ਨੇ ਕੋ ਸਕੂਲ ਭੇਜਣ ਵਾਸਤੇ ਹੁਣ ਥਿੰਦੀ ਪਈਏ ਇੱਕੋ ਸਕੂਲ ਭੇਜਣ ਦੀ ਤਿਆਰੀ ਇਹਦਾ ਬੈਗ ਸ਼ੱਕ ਧੋ ਰੱਖਾਂ ਸ਼ੂਜ਼ ਉਸ ਧੋ ਰੱਖਾਂ ਤਾਂ ਇਹ ਤਾਂ ਸਕੂਲ ਵੈਸੇ ਨਾ ਸੋਣਾ ਸੋੜਾ ਬਣ ਕੇ ਨਹੀਂ ਤਾਂ ਫਿਰ ਮਾ ਦਾ ਨਾਮ ਬਦਨਾਮ ਕਰੇ ਸੀ ਮਾ ਧਿਆਨੀ ਕਹਿੰਦੀ ਰੀਲਾ ਬਣੇਂਦੀ ਰਾਂਦੀ ਹੈ ਤਾਂ ਵੈਸੇ ਮੈਂ ਤੇ ਘਰ ਦੇ ਕੰਮ ਨੇ ਉਟਾ ਕੇ ਮੈਂ ਆ ਗਈ ਐ ਇੰਦੀ ਟਿਊਸ਼ਨ ਦਾ ਪਤਾ ਕਰਨ ਵਾਸਤੇ ਕੋ ਟਿਊਸ਼ਨ ਵਿਦ ਲਾਉਣਿਆ ਨਾ ਹੁਣ ਬਟਾ ਠੀਕ ਹੀ ਆ ਘਰ ਪੜਦਾ ਨਹੀਂ ਮੇਰੇ ਕੋਲ ਨਾਲੇ ਵੱਡੀ ਪੜਾਈਆਂ ਥੀ ਗਈ ਸਾਡੇ ਟਾਈਮ ਤੇ ਤਾਂ ਅਲੱਗ ਪੜਾਈਆਂ ਹੁੰਦੀਆਂ ਤੇ ਹੁਣ ਥਿੰਦਾ ਬੇ ਸਾਡਾ ਸ਼ੂਟਿੰਗ ਟਾਈਮ ਅਸੀਂ ਬਣਿਆਦੇ ਪਏ ਹੈ ਇੱਕ ਵੀਡੀਓ ਤੇ ਵੀਡੀਓ ਬਣਿਆਦੇ ਬਣਿਆਦੇ ਮੇਕੋ ਇਤਨਾ ਆਸਾਨ ਦਾ ਕਈ ਵਾਰ ਇਹ ਕੋਈ ਇਤਨਾ ਆਸਾਨ ਦਾ ਦੇਰ ਹੀ ਲੱਗਵਿੰਦੀ ਬਸ ਵੀਡੀਓ ਬਣਾ ਕੇ ਹੱਟੇ ਆ ਤੇ ਹੁਣ ਠੀਕਿਆ ਰੋਟੀ ਦਾ ਟਾਈਮ ਏ ਵੀ ਆ ਗਏ ਤੇ ਇਹ ਲੈ ਕੇ ਆਇਨ ਇੱਕ ਪਾਰਸਲ ਮੈਂ ਕੁਝ ਮੰਗਵਾ ਰੱਖਿਆ ਹੀ ਆਨਲਾਈਨ ਪੈਸੇ ਭਰ ਕੇ ਇਹ ਨਾ ਸਮਨਹਾਰ ਵਾਲਾ ਫ੍ਰੀ ਵਾਲਾ ਆਂਦਾ ਫ੍ਰੀ ਆਲਾ ਕਦੇ ਕਦੇ ਆਂਦਾ ਪੈਸੇ ਭਰ ਕੇ ਖੁਦ ਮੰਗਵਾਇਆ ਤਾਂ ਕੋਈ ਵੀ ਕਿਹਦਾ ਕੀ ਮੰਗਵਾਇਆ ਪਹਿਲੇ ਥੀ ਗਿਆ ਰੋਟੀ ਦਾ ਟੈਂਪ ਰੋਟੀ ਬਣਾਉਂਦੇ ਨੇ ਨੇ ਇਹ ਮੇਰੀ ਹੈਲਪ ਕਰਵਾਉਣ ਆ ਗਏ ਸਲਾਦ ਕੱਟਣੇ ਨੇ ਪਰ ਇਹ ਕੰਮ ਕਰਵੇਂ ਦਾ ਘਾਟੇ ਵਧੇਂਦਾ ਜਾਂਦਾ ਰੋਟੀ ਖਾ ਕੇ ਅਸਾ ਕੀਤੀ ਅਨਬਾਕਸਿੰਗ ਜਿੰਦੇ ਵਿੱਚ ਮੈਂ ਮੰਗਵਾਈਏ ਟੈਚੀ ਮੰਨੂ ਤੇ ਮੰਨੂ ਦੇ ਪਾਪੇ ਦੇ ਕੱਪੜੇ ਪਾਉਣ ਵਾਸਤੇ ਮੇਰੇ ਵਾਸਤੇ ਤਾਂ ਵੱਡੀ ਟੈਚੀ ਮੈਂ ਲੈ ਰੱਖੀ ਹੋਂਦੇ ਜੀ ਪੂਰੇ ਆਂਦੇ ਨੇ ਤੇ ਇਹਨਾਂ ਦੇ ਕੱਪੜੇ ਰਹਿਵੰਦੇ ਨੇ ਫਿਰ ਇਹਨਾਂ ਆਂਦੇ ਵਾਸ ਜੀ ਤਾਂ ਜਿੱਤੇ ਇਸ ਤੋਂ ਵੀ ਡਬਲ ਤੋਂ ਵੀ ਡਬਲ ਏ ਆਉਂਦੇ ਚਿਪ ਮੱਸੇ ਪੂਰਾ ਆਉਂਦੇ ਤੇ ਇੱਥੇ ਅੱਜ Papa ji ਕੋ تھی ਗਿਆ ਬੁਖਾਰ ਤੇ Papa ji ਨੇ ਆਖਾ ਚਲ ਥਰਮੋਮੀਟਰ ਲੈ ਕੇ ਆ ਚਾਹ ਉਹ ਚੈੱਕ ਕਰੇ ਨਾ ਕਿ ਬੁਖਾਰ ਹੈ ਕਿ ਉਹ ਵੇ શરીਰ ਟੁੱਟਦਾ ਭੀ ਮੌਸਮ ਵੀ ਬਹੁਤ ਜ਼ਿਆਦਾ ਚੇਂਜ ਥਿੰਦਾ ਨਾ ਤੇ ਸਰੀਰ ਹੀ ਵਿੱਚ ਲੱਗਦਾ ਜਿਵੇਂ ਟੁੱਟਾ ਟੁੱਟਾ ਪਿਆ ਹੋਵੇ पापा जी को बुखार टेस्ट किया एक सौ एक, एक ते बुखार आई मतलबी चीज पता भी नहीं लगता लेकिन एक सौ एक लगता बुखार थी है फिर जी मैं और कुछ ना, खासा मेरे खिचड़ी बनावा खिचड़ी बनाने का बना मेरा मन का नहीं फिर मैं चल मैं ओटस बना देनी ओट्स मैं गाजर शिमला मिर्च त्याज तसा दसना कि मैं इवे बने पहले गाजर के प्याज को चंकी तरह बोन ली है फिर प्याज पा देते क्योंकि प्याज ज ਉਹ ਜਲਦੀ ਹੁਣੀਵੰਦੇ ਤਾਂ ਮੈਂ ਪਿਆਜ਼ ਗਾਜਰ ਤੇ ਸ਼ਿਮਲਾ ਵਿੱਚ ਪਹਿਲੇ ਭੁੰਨ ਲਈਏ ਉਸ ਤੋਂ ਬਾਅਦ ਨਵਕ ਮੇਜ ਮਸਾਲੇ ਪਾ ਕੇ ਮੈ ਦਿੱਤਾ ਪਾ ਦਿੱਤਾ ਮੈਗੀ ਮਸਾਲਾ ਮੈਗੀ ਮਸਾਲਿਆਂ ਨਾਲ ਟੇਸਟ ਆਵੰਦਾ ਪਾਪਾ ਜੀ ਵਾਸਤੇ ਬਣਾਵਣਾ ਸੀ ਤੇ ਫਿਰ ਮੈਂ ਸਾਰੇ ਵਾਸਤੇ ਬਣਾ ਦਿੱਤਾ ਮੰਮੀ ਨੇ ਖਾਣਾ ਕਿਹਾ ਨਹੀਂ ਕਿਉਂਕਿ ਮੰਮੀ ਦਾ ਹਾਈ ਵਰਦਜ ਇੱਕ ਆਦੇ ਸ਼ੀਦਾ ਤੇ ਉਸ ਤੋਂ ਬਾਅਦ ਮੈਂ ਪਾ ਦਿੱਤਾ ਪਾਣੀ ਪਾਣੀ ਪਾਉਣ ਤੋਂ ਬਾਅਦ ਸਪਾਸ 2 ਮਿੰਟ ਲੱਗਦੇ ਨੇ ਬਸ ਉਬਾਲਣਾ ਹੈ ਤੇ ਬਸ ਬਣ ਗਿਆ ਓਟਸ ਇਤੇ ਮੈਂ ਓਟਸ ਬਣੰਦੀ ਭਿਉ ਤੇ ਆ ਗਿਆ ਕਿ ਪਾਪਾ ਵਾਸਤੇ ਬਣਾਵਨੇ ਨਿੰਬੂ ਪਾਣੀ ਨਿੰਬੂ ਪਾਣੀ ਬਣਾਵਣਾ ਕਿਹਾ ਇਹ ਮੇਰਾ ਕੰਮ ਹਮੇਸ਼ਾ ਏਵੇਂ ਕਰਦਾ ਇੱਕ ਕੰਮ ਕਰੇਂਦਾ ਤੇ ਚਾਰ ਕੰਮ ਵਧਾ ਕੇ ਰੱਖ ਦਿੰਦਾ ਨਮਕ ਵੀ ਟਿੱਪੀਆ ਦਸ ਹੁਣ ਇਹ ਕੋਸ ਮੇਟਣ ਵਾਸਤੇ 5 ਮਿੰਟ ਲੱਗਦੇ ਨੇ ਤੇ ਇਥੇ ਮੇਰਾ ਓਟਸ ਵੀ ਬਣ ਕੇ ਤਿਆਰ ਠੀਕ ਹੈ ਫਿਰ ਮੈਂ ਕੋ ਆਖਾ ਮੈਂ ਕਾ ਚਲ ਤੂੰ ਖੀਰਾ ਕੱਟ ਜਾ ਸਲਾਦ ਵਾਸਤੇ ਖੀਰਾ ਕੱਟਿਆ ਇੰਨਾ ਮੋਟਾ ਪਤਾ ਨਹੀਂ ਕਿਹੜੀ ਸ਼ੇਪ ਬਣਾ ਦਿੱਤੇ ਕਿਹੜਾ ਦੇਸ਼ ਦਾ ਨਕਸ਼ਾ ਬਣਾ ਕੇ ਰੱਖ ਦਿੰਦਾ ਫਿਰ ਆਦਾ ਮਮੀ ਮੇਕੋ ਪ੍ਰੈਕਟਿਸ ਥੋੜੀ ਸਿਖਾਓ ਜਾਂ ਫਿਰ ਮੈਂ ਕਾ ਚਲ ਕੋਈ ਗੱਲ ਨਹੀਂ ਸਿਖਾ ਦੇਣੀ ਆ ਬਾ ਲੜਾ ਹੋਇਆ ਪਰ ਲੜਨਾ ਤਾਂ ਪੁੰਦੇ ਹੀ ਨਾ ਉਹ ਤਾਂ ਮਾਵਦਾ ਫਰਜ ਹੁੰਦਾ ਤੇ ਬਸ ਹੁਣ ਤੀ ਦੀ ਵੀ ਡਿਨਰ ਦੀ ਤਿਆਰੀ ਦਿਨੇਸ਼ ਅਸਾ ਓਟਸ ਬਣਾ ਕੇ ਰੱਖਿਆ ਹੀ ਆਈ ਤਾਜ਼ਾ ਤਾਜ਼ਾ ਖਾ ਲੋ ਨਾ ਤਾਂ ਠੀਕ ਰਹਾਂਦਾ ਨਹੀਂ ਤਾਂ ਫਿਰ ਬਾਦਿਸ਼ਨਾ ਅਜੀਬ ਜਿਹਾ ਹੁੰਦਾ ਪਪਾ ਜੀ ਆਦੀ ਨਹੀਂ ਪਰ ਅੱਜ ਮੈਂ ਜਬ ਚੰਗੀ ਤਰ੍ਹਾਂ ਮਸਾਲੇ ਮਸੂਲੇ ਪਾ ਕੇ ਬਣਾਇਆ ਨਾ ਤਾਂ ਸਵਾਦ ਵੜ ਗਿਆ ਤੇ ਉਸ ਤੋਂ ਬਾਅਦ ਮੈਂ ਬਣਾਇਆ ਆਪਣੇ ਵਾਸਤੇ ਮੈਂਗੋ ਸ਼ੇਕ ਮੰਮੀ ਜੀ ਆਪਣੇ ਵਾਸਤੇ ਮੈਂਗੋ ਸ਼ੇਕ ਬਣਾ ਕੇ ਪੀ ਬੈਠੇ ਇੱਥੇ ਮੈਂ ਆ ਗਈ ਆ ਭਾਂਡੇ ਧੋਣ ਵਾਸਤੇ ਪੂਰਾ ਘਰ ਖਾਲੀ ਪਿਆ ਮੇਰੇ ਪਾਪਾ ਸਾਮ ਪਏ ਤੇ ਇੱਥੇ ਪਿਓ ਬੁੱਤਰ ਬੈਠੇਨ ਅੰਦਰ ਦਰਵਾਜ਼ਾ ਬੰਦ ਕਰਕੇ ਕਿਉਂਕਿ ਏਸੀ ਚੱਲਦਾ ਪਿਆ ਤੇ ਮੈਂ ਆ ਗਈ ਤੇ ਭਾਂਡੇ ਮਲਣ ਜੀ ਕਿ 24 ਘੰਟੇ ਮੇਰੇ ਭਾਂਡੇ ਨਹੀਂ ਖਤਮ ਹੁੰਦੇ ਇੱਕ ਨੂੰ ਨਹਾਉਣ ਵਾਸਤੇ ਸਿੰਗੇਜ ਆਉਣਾ ਹੀ ਆਉਣਾ ਹੁੰਦਾ ਫਟਾਫਟ ਸਪੀਡ ਤੇ ਮੈਂ ਭਾਂਡੇ ਮੱਲੇ ਜੀਵੇ ਕੀ ਤੋਂ ਆ ਕੋ ਵਖਦਾ ਮੇਰੇ ਕੋ ਟਾਈਮ ਤੇ ਲੱਗ ਗਈ ਇਹਦਾ ਐਡਿਟ ਦਾ ਕਮਾਲ ਹੁੰਦਾ ਪਰ ਉਹ ਡਰ ਭਾਂਡੇ ਮਲ ਕੇ ਮੈਂ ਵੀ ਗਈ ਅੰਦਰ ਕਿਉਂਕਿ ਨਾ ਕੱਲੇ ਕੱਲੇ ਘਾਰੇ ਚੇਵੇਂ ਲੱਗਦਾ ਜਿਵੇਂ ਮੇਰੇ ਕੋਈ ਨਾ ਬੂਤ ਖੜੋਤਾ ਹੋਵੇ ਅੰਦਰ ਵੇਖਿਆ ਤਾਂ ਉਹ ਹੋ ਲਈ ਠੱਡਾ ਠੱਡਾ ਚਲੋ ਜਿਵੇਂ ਹੁਣ ਕਰੀਨੀ ਆਰਾਮ ਤੋਂ ਕੋ ਮੇਰੀ ਅਜੀ ਦੀ ਰਾਮ ਰਾਮ